ਆ ਦੋਸਤੋ ਮੁੜ ਹਾਜ਼ਰ ਹੋਏ ਹਾਂ ਤੁਹਾਡੀ ਖਿਦਮਤ ਦੇ ਵਿੱਚ ਪ੍ਰੋਗਰਾਮ ਅੱਜ ਦਾ ਮੁੱਦਾ ਲੈ ਕੇ ਤੁਹਾਡੀਆਂ ਕਾਲਸ ਵੀ ਲਵਾਂਗੇ ਔਰ ਈਮੇਲ ਵੀ riyad@justbroadcasting.com ਔਰ info@justbroadcasting.com ਟਵਿੱਟਰ ਔਰ ਫੇਸਬੁੱਕ ਦੇ ਉੱਤੇ ਵੀ ਸਾਡੇ ਚੈਨਲ ਨੂੰ ਤੁਸੀਂ ਦੇਖ ਸਕਦੇ ਹੋ। ਮੈਂ ਸਭ ਤੋਂ ਪਹਿਲਾਂ ਤੁਹਾਡੀਆਂ ਕੁਝ ਕਾਲਸ ਲਵਾਂਗਾ। ਹੈਲੋ, ਹੈਲੋ, ਹਾਂਜੀ, ਸਤਿ ਸ਼੍ਰੀ ਅਕਾਲ ਜੀ। ਹਾਂਜੀ ਰੇਸ਼ਮ ਸਿੰਘ ਜੀ, ਸਤਿ ਸ਼੍ਰੀ ਅਕਾਲ ਜੀ। ਰੇਸ਼ਮ ਸਿੰਘ ਜੀ, ਕੀ ਹਾਲ ਚਾਲ ਹੈ? ਅਕਾਲੀ ਦਲ ਅੰਮ੍ਰਿਤਸਰ ਜੀ ਜੀ, ਕੀ ਕਹੋਗੇ? ਮੈਂ ਰਿਆਲ ਸਾਹਿਬ 2-3 ਮਿੰਟ ਫਾਲਤੂ ਲਾਉਂਗਾ ਕਿਉਂਕਿ ਮੁੱਦਾ ਬਹੁਤ ਸੀਰੀਅਸ ਹੈ, ਗੰਭੀਰ ਹੈ। 2 ਮਿੰਟ ਕੰਮ ਦੇ ਲੈ ਲੈਣਾ, 1 ਮਿੰਟ ਫਾਲਤੂ ਲੈ ਲੈਣਾ ਰੇਸ਼ਮ ਸਿੰਘ ਜੀ। ਠੀਕ ਹੈ ਜੀ। ਇੱਕ ਤਾਂ ਸਭ ਤੋਂ ਪਹਿਲਾਂ ਮੈਂ ਇਹ ਕਹਿਣਾ ਚਾਹੂੰਗਾ ਕਿ ਤੁਹਾਨੂੰ ਤੇ ਸਰਦਾਰ ਮਨਜੀਤ ਸਿੰਘ ਜੀ ਨੂੰ ਮੇਰੇ ਵੱਲੋਂ ਗੁਰੂ ਫਤਿਹ ਜੀ, ਵਾਹਿਗੁਰੂ ਜੀ ਕਾ ਖਾਲਸਾ, ਵਾਹਿਗੁਰੂ ਜੀ ਕੀ ਫਤਿਹ ਜੀ। ਤੇ ਇੱਕ ਇਹਦੇ ਨਾਲ ਹੀ ਜਿਹੜੀ ਅਗਲੀ ਗੱਲ ਮੈਂ ਇਹ ਕਹਿਣੀ ਚਾਹੁੰਦਾ ਵੀ ਜੋ ਕੁਛ ਵੀ ਵਾਪਰਿਆ ਉਹ ਜਿੰਨਾ ਵੀ ਉਹਨੂੰ ਨਿੰਦਿਆ ਜਾਵੇ ਉਹ ਘੱਟ ਹੈ ਜੀ। ਹਾਂ, ਬਹੁਤ ਵਾਰੀ ਇੱਦਾਂ ਲੱਗਦਾ ਕਿ ਕੁਛ ਬੰਦੇ ਮੇਰੀ ਪਾਰਟੀ ਦੇ ਜਾਂ ਹੋਰ ਜਿਹੜੇ ਆਪਣੇ ਆਪ ਨੂੰ ਬਹੁਤ ਵੱਡੇ ਖਾੜਕੂ ਕਹਿੰਦੇ ਹੁਣ ਉਹਨਾਂ ਨੂੰ ਇਹ ਗੱਲਾਂ ਚੰਗੀਆਂ ਨਹੀਂ ਲੱਗਣਗੀਆਂ, ਪਰ ਸਿੱਖੀ ਨਾਤੇ ਇਹ ਗੱਲ ਜਿਹੜੀ ਆ ਮੈਨੂੰ ਕਹਿਣ 'ਚ ਕੋਈ ਗਰੇਜ਼ ਨਹੀਂ ਹੈ ਵੀ ਇਹ ਕਿਸੇ ਜਦੋਂ ਸਰਬੱਤ ਖਾਲਸਾ ਹੋਇਆ ਉਸ ਸਰਬੱਤ ਖਾਲਸੇ ਦੇ ਵਿੱਚ ਜਾ ਕੇ ਇਹਨਾਂ ਨੇ ਗ੍ਰਿਫਤਾਰੀ ਵੀ ਦਿੱਤੀ ਹੈ ਔਰ ਕਈ ਮਹੀਨੇ ਇਹ ਜੇਲ੍ਹ ਦੇ ਵਿੱਚ ਰਹੇ ਆ ਔਰ ਹੁਣ ਵਾਪਸ ਆਏ ਨੇ, ਇਹ ਉਹ ਰੇਸ਼ਮ ਸਿੰਘ ਨੇ ਜੀ। ਜੀ ਰੇਸ਼ਮ ਸਿੰਘ ਜੀ, ਕੈਰੀ ਔਨ। ਰਿਆਲ ਸਾਹਿਬ, 2-3 ਚੀਜ਼ਾਂ ਮੈਂ ਕਹਿਣੀਆਂ। ਦੇਖੋ, ਇਹ ਡਿਬੇਟ ਜਿਹੜੀ ਆ ਇਹਨੂੰ ਜਿੰਨਾ ਮਰਜ਼ੀ ਅਸੀਂ ਵਧਾ ਲਈਏ ਜੀ, ਇਹ ਤਾਂ ਪਿਛਲੇ 35 ਸਾਲ ਦੇ ਜ਼ਖਮ ਨੇ, ਇਹ 1 ਮਿੰਟ ਦੇ ਵਿੱਚ ਨਹੀਂ ਖੋਲੇ ਜਾ ਸਕਦੇ। ਪਰ ਜਿਹੜੀਆਂ ਗੱਲਾਂ ਮੇਰੇ ਮਨ 'ਚ ਨੇ ਜਾਂ ਮੈਂ ਸਮਝਦਾ ਕਿ ਉਹ ਲੋਕ ਜਿਹੜੇ ਮੇਰੇ ਤਰੀਕੇ ਨਾਲ ਸੋਚਦੇ ਨੇ ਜਾਂ ਕੌਮ ਦੀ ਜਿਹੜੀ ਜੋ ਅੱਜ ਹਾਲਾਤ ਨੇ ਉਹਨਾਂ ਬਾਰੇ ਕੁਝ ਗੰਭੀਰਤਾ ਨਾਲ ਗੱਲ ਕਰਦੇ ਨੇ, ਸੋਚਦੇ ਨੇ, ਉਹਦੇ 'ਚ ਕੁਛ ਚੀਜ਼ਾਂ ਜਿਹੜੀਆਂ ਹੈਗੀਆਂ ਜਿਹੜੀਆਂ ਮੈਂ ਮਨਜੀਤ ਸਿੰਘ ਜੀ ਨੂੰ ਪੁੱਛਣਾ ਚਾਹੁੰਦਾ ਹਾਂ ਕਿ ਉਹਨਾਂ ਨੇ ਕੱਲ੍ਹ ਸ਼ਾਇਦ ਸੀ ਉਹਨਾਂ ਦੇ ਪ੍ਰੋਗਰਾਮ 'ਤੇ, ਉਹਦੇ 'ਚ ਵੀ ਉਹਨਾਂ ਨੇ ਕਿਹਾ ਸੀਗਾ ਵੀ ਅਸੀਂ ਇਸ ਗੱਲ 'ਤੇ ਸ਼ਰਮਿੰਦਾ ਨਹੀਂ ਹੈ ਕਿ ਅਸੀਂ ਬੀਜੇਪੀ ਦੇ ਨਾਲ ਭਾਈਵਾਲ ਹੈ। ਤੇ ਚਲੋ, ਬਾਦਲ ਸਾਹਿਬ ਜੀ ਦੀ ਗੱਲ ਚੱਲੀ, ਉਹ ਵੀ ਸਾਰਾ ਕੁਝ ਸਾਡੇ ਸਾਹਮਣੇ ਆ, ਪਰ ਮੈਂ ਇਹ ਗੱਲ ਜਿਹੜਾ ਇੱਕ ਸਵਾਲ ਲਾ ਲਓ ਜਾਂ ਇੱਕ ਸਿੱਖਾਂ ਦਾ ਅਧਿਕਾਰ ਹੈ, ਸਿੱਖਾਂ ਦੇ ਅੰਦਰਲੀ ਜਿਹੜੀ ਅੱਗ ਹੈ ਉਹਦਾ ਇੱਕ ਕਾਰਨ ਹੈ, ਇਹ ਮੈਂ ਇੱਦਾਂ ਲਾ ਦਿੰਦਾ। ਉਹ ਇਹ ਹੈ ਕਿ ਜੋ ਕੁਛ ਅਸੀਂ ਗੱਲ ਕਰਦੇ ਹਾਂ, ਕਦੀ ਅਸੀਂ ਫਲਾਈਓਵਰ ਬਣਾ ਤੇ, ਵਿਕਾਸ ਦੀ ਗੱਲ, ਉਹ ਗੱਲ, ਇੰਨੇ MLA ਜਿੱਤ ਲਏ, ਇੰਨੇ ਹਾਰ ਗਏ, ਇੰਨੇ ਹੋ ਗਏ, ਤੁਹਾਨੂੰ ਵੋਟਾਂ ਨਹੀਂ ਪੈਣੀਆਂ, ਇਹਨਾਂ ਸਾਰੀਆਂ ਗੱਲਾਂ ਨੂੰ ਮੈਂ ਇੱਥੇ ਲਿਆ ਕੇ ਖੜਾਉਣਾ ਚਾਹੁੰਦਾ ਕਿ ਕੀ ਅਸੀਂ ਰਾਜ ਭਾਗ ਦੇ ਮਾਲਕ ਹੁੰਦੇ ਹੋਏ ਵੀ ਜਿਹੜਾ 30 ਸਾਲਾਂ 'ਚ ਸਾਡੇ ਨਾਲ ਹੋਇਆ ਉਹਦੇ ਲਈ ਅਸੀਂ ਕਿਸੇ ਹੋਰ ਨੂੰ ਦੋਸ਼ੀ ਠਹਿਰਾਉਣਾ ਚਾਹੁੰਦੇ ਹਾਂ? ਜੋ ਕੁਛ ਪੰਜਾਬ ਦੇ ਵਿੱਚ ਸਾਡੀਆਂ ਧੀਆਂ ਨਾਲ, ਸਾਡੇ ਭਰਾਵਾਂ ਨਾਲ, ਸਾਡੇ ਬਜ਼ੁਰਗਾਂ ਨਾਲ ਹੋਇਆ ਔਰ ਇਹਨਾਂ ਥਾਣਿਆਂ 'ਚ ਹੋਇਆ, ਉਹ ਪੁਲਿਸ ਅਫਸਰ ਜਿਹੜੇ ਜ਼ਿੰਮੇਵਾਰ ਸੀ ਉਹਨਾਂ ਨੂੰ ਕਿਸ ਤਰੀਕੇ ਨਾਲ ਕਿਹਨੇ ਥਾਪੜੇ ਦਿੱਤੇ, ਇੱਕ ਬਹੁਤ ਵੱਡਾ ਸਵਾਲ ਹੈਗਾ ਹੈ ਜੀ। ਮੈਂ ਪਹਿਲਾਂ ਛੋੜ ਕੇ ਇਹ ਬੇਨਤੀ ਕਰਦਾ ਕਿ ਇਹ ਗੱਲ ਜਿਹੜੀ ਹੈ 2-3 ਮਿੰਟ ਨਿਪਟਣ ਵਾਲੀ ਨਹੀਂ ਹੈਗੀ, ਪਰ ਮੈਂ ਕੋਸ਼ਿਸ਼ ਕਰ ਰਿਹਾ ਕਿ ਜਿਹੜੀ ਮੇਰੇ ਜਿਹੜੇ ਮਨ ਦੀ ਗੱਲ ਆ ਉਹ ਮੈਂ ਤੁਹਾਡੇ ਨਾਲ ਜ਼ਰੂਰ ਸ਼ੇਅਰ ਕਰ ਲਾਂ ਜੀ, ਕਿ ਇਹ ਸਾਰੇ ਦੇ ਵਿੱਚੋਂ ਅਸੀਂ ਸਰਦਾਰ ਪ੍ਰਕਾਸ਼ ਸਿੰਘ ਬਾਦਲ, ਕਾਂਗਰਸ ਸਰਕਾਰ, ਬੀਜੇਪੀ ਨੂੰ ਕਿਵੇਂ ਬਰੀ ਕਰ ਦਈਏ? ਸਭ ਤੋਂ ਪਹਿਲੀ ਠੀਕ ਹੈ ਜੀ, ਇਸੇ ਗੱਲ ਦਾ ਜੀ ਮੇਨ ਮਸਲਾ ਇਸ ਗੱਲ ਦਾ ਲੱਗਦਾ ਕਿ 1984 ਤੋਂ ਲੈ ਕੇ ਹੁਣ ਤੱਕ ਜਿਹੜਾ ਹੈ ਉਸ ਦੇ ਪਿੱਛੇ ਪ੍ਰਕਾਸ਼ ਸਿੰਘ ਬਾਦਲ ਜਿਹੜੇ ਨੇ ਉਹ ਇੱਕ ਕਾਰਨ ਰਹੇ ਨੇ ਔਰ ਇਹਨਾਂ ਨੇ ਇਹ ਗੱਲ ਕਹੀ ਕਿ ਇਸ ਜਗ੍ਹਾ ਦੇ ਉੱਤੇ ਲੋਕਾਂ ਦਾ ਰੋਸ ਆ ਜਾਂਦਾ। ਪਰ ਪਾਰਟੀ ਦੇ ਵਿੱਚ ਪ੍ਰਕਾਸ਼ ਸਿੰਘ ਬਾਦਲ ਤੋਂ ਇਲਾਵਾ 20 ਹੋਰ ਲੋਕ ਨੇ, ਪਰ ਅੱਜ ਦੀ ਤਰੀਕ ਦੇ ਵਿੱਚ ਪਾਰਟੀ ਦੀ ਕੁੰਜੀ ਜਿਹੜੀ ਉਹ ਪ੍ਰਕਾਸ਼ ਸਿੰਘ ਬਾਦਲ ਹੋਰਾਂ ਕੋਲ ਹੈ। ਪਰ ਇਸ ਰੋਸ ਨੂੰ ਕਿਵੇਂ ਤੁਸੀਂ ਲੈਂਦੇ ਹੋ, ਕਿਹੜੇ ਸ਼ਬਦਾਂ 'ਚ ਲੈਂਦੇ ਹੋ? ਦੇਖੋ, ਸ਼੍ਰੋਮਣੀ ਅਕਾਲੀ ਦਲ ਨੁਮਾਇੰਦਾ ਜਮਾਤ ਹੈ ਸਿੱਖਾਂ ਦੀ, ਹਿੰਦੁਸਤਾਨ ਦੀ ਸਭ ਤੋਂ ਨੰਬਰ 2 ਦੀ ਓਲਡੈਸਟ ਪਾਰਟੀ ਹੈ ਜੀ। ਤੁਸੀਂ ਬਲੈਕਲਿਸਟ ਅੱਜ ਤੱਕ ਮਾਫ਼ ਨਹੀਂ ਹੋਈ ਸੀਗੀ, ਪਿਛਲੇ 32 ਸਾਲਾਂ 'ਚ ਬਲੈਕਲਿਸਟ ਮਾਫ਼ ਹੋਈ, SIT ਬਣਾਉਣ 'ਚ ਅਸੀਂ ਕਾਮਯਾਬ ਹੋਏ। ਇਹ ਗੱਲ ਕਰ ਰਹੇ ਨੇ ਹਿਊਮਨ ਰਾਈਟਸ ਦੀ, 100% ਹੋਏ ਨੇ, ਅਸੀਂ ਕਦੋਂ ਡਿਨਾਈ ਕਰਦੇ ਹਾਂ ਕਿ ਨਹੀਂ ਹੋਏ? ਉਹ ਦੁਖਾਂਤ ਜਿਹੜਾ ਤੁਸੀਂ ਸਿਆ ਅਸੀਂ ਦਿੱਲੀ 'ਚ ਘੱਟ ਸਿਆ। ਮੈਂ ਪੰਜਾਬ ਵਾਲਿਆਂ ਨੂੰ ਹਮੇਸ਼ਾ ਆਖਦਾ ਕਿ ਗੱਲ ਤਾਂ ਪੰਜਾਬ ਤੋਂ ਸ਼ੁਰੂ ਹੋਈ ਹੈ, ਹੁਣ ਰਾਈਟ ਜਾਂ ਰੋਂਗ 'ਤੇ ਨਹੀਂ ਮੈਂ ਜਾ ਰਿਹਾ। ਇਹ ਗੱਲ ਅੱਜ ਮੇਰੀ ਨੋਟ ਕਰ ਲੈਣਾ ਜਿਹੜੀ ਮੈਂ ਕਹਿਣ ਲੱਗਾ ਵਾਂ, ਔਰ ਤੁਸੀਂ ਵੀ ਮਿਹਰਬਾਨੀ ਕਰਕੇ ਕਿਉਂਕਿ ਤੁਸੀਂ ਬਹੁਤ ਇੰਟਰਵਿਊ ਲੈਂਦੇ ਹੋ। ਪੰਜਾਬ ਦੇ ਵਿੱਚ 25 ਤੋਂ 30 ਹਜ਼ਾਰ ਮੁੰਡਾ ਮਾਰਿਆ ਗਿਆ ਜੀ। ਕਿੰਨੇ ਸਾਲ ਲੱਗੇ? 20 ਸਾਲ ਜੀ। ਮੈਂ ਗਿਣ ਲਵਾਂ 1980 ਤੋਂ ਲੈ ਕੇ 2000 ਤੱਕ ਜਾਂ 2005 ਤੱਕ, 20 ਤੋਂ 25 ਸਾਲ ਲੱਗੇ ਬਿਲਕੁਲ। 30 ਹਜ਼ਾਰ ਬੱਚਾ ਮਾਰਿਆ ਗਿਆ,
तीन दिन 15,000 बंदा बाहर मारिया गया। साडा बालिया का की कसूर सी जी? जे मैं इस गलते आ जावा मैं ये पूछा पंजाब वालों जी तुम क्यों ये छेड़छेड़ी सी जी तुम बाहर साडा सब कुछ खत्म करा दिता? नहीं, सिक्खी की लड़ाई है, सिक्खी की लड़ाई अंदर आए भी लड़ रहे हैं, बाहर आए भी लड़ रहे हैं, पंजाब वाले भी लड़ रहे, दिल्ली वाले भी लड़ रहे, NRIs भी लड़ रहे हैं। मैं समझदा वा ये मनु सवाल कर रहे हैं कि जिदा असी कतल किए हो। कमाल की गल तो यह है जोड़े बंदे लड़ते पे ने, अज अमरिंदर सिंह किताब लिखता है, वह किताब दे विच कहता है कि मैं बहुत नाराज़ हाँ चंद्रशेखर प्रधानमंत्री तो, मैं 21 बंदे सरेंडर कराए ने और 21 बंदे जिहड़े सरेंडर कराए सी चंद्रशेखर नाल गल करा के कराए सी, मगरों मैं पता लगा कि वह 21 बंदियां दा एनकाउंटर कर दिता गया। मैं ह्यूमन राइट्स कमीशन च गया वा, अज पीलीभीत जेल के 7 बंदियां नूं जिन्हां नूं जेल च थम्मा नाल बन के मार दिता गया सी, हेमकुंड साहब जांदी बस नूं पीलीभीत दे कोल 11 सिंघां नूं उतार के गोली नाल मार दिता गया सीगा, अज होंद चिल्लड़ च 45 बंदे जिहड़े मर गए वह केस कौन लड़दा पिया है? उन्हां नूं 10 करोड़ रुपए का मुआवजा होंद चिल्लड़ वालियां नूं हुण कोर्ट चों दवाया सी, वह मुकदमे कौन लड़दे पए ने? अज उन्हां दी गल कौन कर रहे ने जिथे जिथे भी ये सारे कतल होए ने? तुसीं सवाल सानूं कर रहे जी होया असी कीता, असी तो लड़दे पए हाँ, श्रोमणी अकाली दल लड़दा पिया। मैं ये समझदा वा देखो ये सारिया गल्लां साढ़े ते पाई जाणियां बड़ा सौखा है, पाई चलो तुसी। देखो इत्थे की अज तुसी जिहड़े बंदे इकट्ठे कीते ना, मैं गल कहनी चाहना, तुसी बाहर बैठे हो हिंदुस्तान तो, अज हिंदुस्तान साडी सुखावी सरकार है कि नहीं है, पर मुल्क साडा तो उही है। इत्थे तुसी उंगलां ते गिणन आ लियो, तुसी आपो च लड़ी जाते हो, और आपो च लड़न का मतलब है कि जो थोड़े नाल इत्थे कोई भाणा वरत गया ना मेजोरिटी कम्यूनिटी वालों, उदों तुहाडे तों भज्जण दे सिर छुपाण दी थां नहीं मिलनी। इंग्लैंड का मैं एग्जाम्पल दिना, अज तो 3 साल पहले इंग्लैंड दे विच मस्जिदां नूं साड़न की मुहिम चल पई, चल पई, मस्जिदां ते हमले हो गए, कौन उन्हां दे बाहर जाके खलोया? सिख खलोए, सिखां ने जाके मस्जिदां बचाईआं, समझो मुसलमान पाकिस्तान तो ने, सिख हिंदुस्तान तो ने, लेकिन हिंदुस्तानी पाकिस्तानी इकट्ठे हो गए जदों इंग्लैंड दे विच उन्हां नूं मार पैण लगी। असी ऐसी ऐसी गल्लां कट के आपस च फर्क पा रहे हाँ कि असी आपस च खानियां च वंडे जा रहे हैं जी जी जी, और जे जिस दिन इस मुल्क दे विच कोई हल्ला तुहाडे ते हो गया उदों यही कहना कि भाई उहदे घर नूं अग लगी, मैं की कहना हुणे जिवें मेरे हिसाब नाल सीनियर जर्नलिस्ट साहब ने शायद गरेवाल साहब ने आख्या सीगा कि भाई जे कांग्रेसी दे उत्ते बोतलां पईआं ते अकाली नहीं बोले, जे अकाली ते भाई कांग्रेसी नहीं बोले। मैं समझदा वां सानू स्पेड नूं स्पेड कहना पऊगा, सानू काले नूं काला कहना पऊगा, चिट्टे नूं चिट्टा कहना पऊगा, और तुहानूं इन्हां गल्लां तों उत्ते उठना पएगा। हाँ जिहड़े इशूज़ ने, मनजीत सिंह रब नहीं है, मनजीत सिंह ने कोई गलती की है, मैनू पुछया जाए, मैनू ग्रिल किया जाए, इलैक्शन की कचहरी च मैं जाना वा, मेरे तो सवाल संगत पुछदी है, मैं उसका जवाब दिना वा, और मैं संगत चो मैंडेट लैके आया वा। मैं समझदा दैट इज़ जी के साहब, एक दो सवाल होर होणगे पर लेना पेगा छोटा जहा ब्रेक। दोस्तों प्रोग्राम जारी रखिए, असी इसे तरह मिलते हैं छोटे जहा ब्रेक तो बाद।